ਪਿਆਰੀ ਸਾਧ ਸੰਗਤ ਜੀ, ਆਪਣਾ ਚੈਨਲ ਵੱਲੋਂ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਅਸੀਂ ਤੁਹਾਨੂੰ ਲੈ ਕੇ ਜਾ ਰਹੇ ਹਾਂ, ਦਰਸ਼ਨ ਕਰਾ ਰਹੇ ਹਾਂ ਗੁਰਦੁਆਰਾ ਸ਼੍ਰੀ ਠੰਡਾ ਬੁਰਜ ਮਾਤਾ ਗੁਜਰੀ ਜੀ। ਇਹ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਜੀ ਦੇ ਕੈਂਪਸ ਵਿੱਚ ਹੀ ਬਣਿਆ ਹੋਇਆ ਹੈ। ਗੁਰਦੁਆਰੇ ਤੋਂ ਸਿੱਧਾ ਰਸਤਾ ਜਿਹੜਾ ਹੈ ਉਹ ਮਾਤਾ ਗੁਜਰੀ ਜੀ ਦੇ ਗੁਰਦੁਆਰੇ ਨੂੰ ਜਾ ਰਿਹਾ ਹੈ। ਇਹ ਸਾਹਮਣੇ ਸ਼ੈੱਡ ਨਜ਼ਰ ਆ ਰਿਹਾ ਹੈ ਅਤੇ ਸਾਹਮਣੇ ਜਿਹੜਾ ਗੁਰਦੁਆਰਾ ਸਾਨੂੰ ਨਜ਼ਰ ਆ ਰਿਹਾ ਹੈ ਰੈੱਡ ਕਲਰ ਵਿੱਚ, ਇਹ ਗੁਰਦੁਆਰਾ ਸ਼੍ਰੀ ਠੰਡਾ ਬੁਰਜ ਮਾਤਾ ਗੁਜਰੀ ਜੀ ਹੈ। ਸਾਧ ਸੰਗਤ ਜੀ, ਇਹ ਉਹ ਸਥਾਨ ਹੈ ਜਿੱਥੇ ਛੋਟੇ ਸਾਹਿਬਜ਼ਾਦੇ ਅਤੇ ਉਹਨਾਂ ਦੀ ਦਾਦੀ ਮਾਂ ਯਾਨੀ ਕਿ ਮਾਤਾ ਗੁਜਰੀ ਜੀ, ਉਹਨਾਂ ਤਿੰਨਾਂ ਨੂੰ ਇੱਥੇ ਵਜ਼ੀਰ ਖਾਂ ਦੁਆਰਾ ਕੈਦ ਕਰਕੇ ਰੱਖਿਆ ਗਿਆ ਸੀ। ਪੋਹ ਦਾ ਮਹੀਨਾ, ਕੜਾਕੇ ਦੀ ਠੰਡ ਅਤੇ ਇੰਨੀ ਠੰਡ ਵਿੱਚ ਉਹਨਾਂ ਨੂੰ ਇਸ ਬੁਰਜ ਵਿੱਚ ਕੈਦ ਕਰਕੇ ਰੱਖਿਆ ਗਿਆ ਸੀਗਾ। ਸਤਸੰਗ ਜੀ, ਦਰਸ਼ਨ ਕਰੋ ਜੀ। ਕਹਿੰਦੇ ਨੇ ਜਦੋਂ ਮਾਤਾ ਜੀ ਨੂੰ ਪਤਾ ਲੱਗਿਆ ਕਿ ਉਹਨਾਂ ਦੇ ਪੋਤੇ ਸ਼ਹੀਦ ਹੋ ਗਏ ਨੇ ਅਤੇ ਉਹਨਾਂ ਨੇ ਇਸੇ ਸਥਾਨ 'ਤੇ ਆਪਣੇ ਪ੍ਰਾਣ ਤਿਆਗ ਦਿੱਤੇ। ਬਹੁਤ ਸ਼ਾਂਤੀ ਹੈ ਇੱਥੇ। ਬਾਹਰ ਦਾ ਨਜ਼ਾਰਾ, ਸੰਗਤਾਂ ਹੁੰਮ ਹੁਮਾ ਕੇ ਦੂਰੋਂ ਦੂਰੋਂ ਇੱਥੋਂ ਦਰਸ਼ਨ ਕਰਨ ਲਈ ਆਉਂਦੀਆਂ ਨੇ। ਆਪ ਜੀ ਜ਼ਰੂਰ ਆਇਓ ਅਤੇ ਦਰਸ਼ਨ ਕਰਿਓ ਇੱਥੇ। ਵਾਹਿਗੁਰੂ ਜੀ ਕਾ ਖਾਲਸਾ ਜੀ, ਵਾਹਿਗੁਰੂ ਜੀ ਕੀ ਫਤਿਹ।